ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਨਿਕਲ ਕੇ ਆ ਚੁੱਕਾ ਹੈ ਪੰਜਾਬ ਸਿਹਤ ਵਿਭਾਗ ਦੇ ਵਿੱਚ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਤੁਸੀਂ ਹਰ ਇੱਕ ਨੋਟੀਫਿਕੇਸ਼ਨ ਜਿਹੜੇ ਜੀ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਤੁਸੀਂ ਉਹਨੂੰ ਚੈੱਕ ਕਰਕੇ ਵੀ ਅਪਲਾਈ ਕਰ ਪਾਓ ਲੇਟਸ ਜਿੰਨੀਆਂ ਵੀ ਵੈਕੈਂਸੀਸ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਏਗਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਹਰ ਤਰ੍ਹਾਂ ਦੇ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਂਦਾ ਰਵਾਂਗਾ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਠੀਕ ਹੈ ਜੀ ਔਰ ਇਸੇ ਵੰਡ ਵੈਕੈਂਸੀਸ ਦੇ ਲਈ ਨੋ ਇਹ ਨੋਟੀਫਿਕੇਸ਼ਨ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਵੱਲੋਂ ਆਊਟ ਕੀਤਾ ਗਿਆ ਹੈ ਜੀ ਜਿਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੈਕੈਂਸੀ ਹੈਗੀ ਹੈ ਗਾਇਨੋਕੋਲੋਜਿਸਟ ਅੰਡਰ ਐਨ ਐਚ ਐਫ ਦੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ 6 ਵੈਕੈਂਸੀਜ਼ ਨੇ ਜਿਨ੍ਹਾਂ ਨੇ ਐਮ ਬੀ ਬੀ ਐਸ ਕੀਤੀ ਹੋਈ ਹੈ ਡਿਗਰੀ MD DDNB ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ 75000 ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਦਵੇਗੀ ਨੈਕਸਟ ਹੈ ਜੀ ਰੇਡੀਓਲੋਜਿਸਟ ਦੀ ਹੈ ਜਿਸ ਦੇ ਵਿੱਚ ਇੱਕ ਵੈਕੈਂਸੀ ਹੈ ਜੀ ਜਿਨ੍ਹਾਂ ਨੇ MBBS ਡਿਗਰੀ ਕੀਤੀ ਹੋਈ ਹੈ ਡਿਪਲੋਮਾ ਕਿ ਵਿਦ ਡਿਪਲੋਮਾ MD DDNB ਕੀਤਾ ਹੋਇਆ ਅਪਲਾਈ ਕਰ ਸਕਦੇ ਨੇ 1 ਲੱਖ ਰੁਪਏ ਪਰ ਮਹੀਨ ਤੁਹਾਡੀ ਸੈਲਰੀ ਰਹੇਗੀ ਉਸ ਤੋਂ ਬਾਅਦ ਪੈਡੀਟ੍ਰਿਕਸ ਦੀ ਵੈਕੈਂਸੀ ਹੈ ਪੈਡੀਟ੍ਰਿਕ ਸਿਸ਼ਨ ਦੀ ਜਿਸ ਵਿੱਚ ਦੋ ਵੈਕੈਂਸੀਸ ਨੇ MBBS ਡਿਗਰੀ ਤੁਸੀਂ ਕੀਤੀ ਹੋਈ ਹੈ MD DDNB ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਔਰ ਇਸ ਦੇ ਵਿੱਚ ਏਜ ਲਿਮਿਟ 62 ਇਅਰ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਔਰ ਇਸ ਦੇ ਵਿੱਚ ਅਗਰ ਮੈਂ ਨੈਕਸਟ ਗੱਲ ਕਰਾਂ ਇਹਦੇ ਲਈ ਵਾਕ ਇਨ ਇੰਟਰਵਿਊ ਹੋਣੀ ਹੈ 6 ਸਤੰਬਰ ਨੂੰ ਜੋ ਕਿ ਤੁਹਾਡੀ 9:30 ਤੇ ਹੋਏਗੀ ਸੋ ਇਹਨਾਂ ਦੇ ਆਫਿਸ ਆਫ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ 4th ਫਲੋਰ ਐਡਮਿਨਿਸਟ੍ਰੇਟਿਵ ਬਲਾਕ ਗਵਰਨਮੈਂਟ ਮਲਟੀ ਸਪੈਸ਼ੈਲਿਟੀ ਹਸਪੀਟਲ ਸੈਕਟਰ 16 ਚੰਡੀਗੜ੍ਹ ਵਿਖੇ ਹੋਏਗੀ ਤੁਸੀਂ ਆਪਣੇ ਸਾਰੇ ਡਿਟੇਲਸ ਲੈ ਕੇ ਆਪਣਾ ਇੱਕ CV ਲੈ ਕੇ ਇੱਥੇ ਪਹੁੰਚਣਾ ਹੋਵੇਗਾ ਜੀ ਫਾਰਮ ਇਹਨਾਂ ਨੇ ਕੋਈ ਦਿੱਤਾ ਨਹੀਂ ਹੋਇਆਗਾ ਫਿਰ ਵੀ ਅਗਰ ਕੋਈ ਫਾਰਮ ਹੋਏਗਾ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜ਼ਰੂਰ ਚੈੱਕ ਕਰ ਲਿਓ ਇੱਕ ਵਾਰੀ ਲਿੰਕ ਮੈਂ ਡਿਸਕ੍ਰਿਪਸ਼ਨ ਚ ਤੁਹਾਨੂੰ ਦੇ ਹੀ ਦਵਾਂਗਾ ਉੱਥੋਂ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਲੈਣਾ ਜੀ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ ਚ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਸੋ ਇਹ ਨੋਟੀਫਿਕੇਸ਼ਨ ਸੀਗਾ ਜਿਹੜਾ ਆਊਟ ਕੀਤਾ ਗਿਆ ਹੈ ਜੀ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜ